केपीडी न्यूज, हक सच और इंसाफ की आवाज। केपीडी न्यूज, हक सच और इंसाफ की आवाज। ਮਲਸੀਆਂ ਦੀ PNB ਬੈਂਕ ਦੀ ਬ੍ਰਾਂਚ 'ਤੇ 19.75 ਲੱਖ ਰੁਪਏ ਦੀ ਠੱਗੀ ਦਾ ਦੋਸ਼ ਲੱਗਿਆ ਹੈ। ਪੀੜਤਾ ਹਰਜਿੰਦਰ ਕੌਰ ਨੇ ਸਥਾਨਕ ਪ੍ਰੈਸ ਕਲੱਬ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਬੈਂਕ ਵਾਲਿਆਂ ਨੇ ਦੋਸ਼ੀ ਨਾਲ ਮਿਲੀ ਭੁਗਤ ਕਰਕੇ ਉਸਦੇ ਪਿਤਾ ਦੇ ਖਾਤੇ ਵਿੱਚੋਂ 19.75 ਲੱਖ ਰੁਪਏ ਕੱਢੇ ਹਨ। ਹਰਜਿੰਦਰ ਕੌਰ ਨੇ ਦੱਸਿਆ ਕਿ 1988 ਵਿੱਚ ਪਿਤਾ ਬਲਵਿੰਦਰ ਸਿੰਘ ਨੇ PNB ਦੀ ਬ੍ਰਾਂਚ ਵਿੱਚ ਅਕਾਊਂਟ ਖੁਲਵਾਇਆ ਸੀ ਅਤੇ ਬਾਅਦ ਵਿੱਚ ਉਹ ਵਿਦੇਸ਼ ਚਲੇ ਗਏ ਅਤੇ ਹਰ ਮਹੀਨੇ ਪੈਸੇ ਭੇਜਦੇ ਰਹੇ। ਉਸਨੇ ਸਾਰੇ ਪੈਸੇ ਬੈਂਕ ਵਿੱਚ ਜਮ੍ਹਾਂ ਕਰਵਾਏ ਪਰ ਬੈਂਕ ਦੀ ਪਾਸਬੁੱਕ ਵਿੱਚ ਐਂਟਰੀ ਨਹੀਂ ਕਰਵਾ ਸਕੀ। ਅਪ੍ਰੈਲ ਵਿੱਚ ਜਦੋਂ ਅਕਾਊਂਟ ਚੈੱਕ ਕਰਵਾਇਆ ਗਿਆ ਤਾਂ ਉਸ ਵਿੱਚ ਸਿਰਫ 14,000 ਰੁਪਏ ਬੈਲੈਂਸ ਸੀ। ਬੈਂਕ ਵਿੱਚ ਜਾ ਕੇ ਪੁੱਛਗਿੱਛ ਕੀਤੀ ਗਈ ਤਾਂ ਅਫਸਰਾਂ ਨੇ ਕਿਸੇ ਵੀ ਤਰ੍ਹਾਂ ਦੀ ਗੜਬੜੀ ਤੋਂ ਇਨਕਾਰ ਕੀਤਾ। ਦੀ ਰਹਿਣ ਵਾਲੀ ਹਾਂ। ਮੇਰੇ ਪਿਤਾ ਦਾ ਅਕਾਊਂਟ ਪੰਜਾਬ ਨੈਸ਼ਨਲ ਬੈਂਕ ਬ੍ਰਾਂਚ ਮਲਸੀਆਂ ਵਿੱਚ ਸੀ, ਜਿਸ ਦੇ ਵਿੱਚੋਂ ਬੈਂਕ ਦੀ ਮਿਲੀ ਭੁਗਤ ਦੇ ਨਾਲ 19,60,000 ਰੁਪਈਏ ਨਿਕਲ ਚੁੱਕੇ ਹਨ, ਪਰ ਅੱਜ ਤੱਕ ਸਾਨੂੰ ਕੋਈ ਵੀ ਇਨਸਾਫ ਨਹੀਂ ਮਿਲਿਆ, ਜਿਸ ਦੀ ਦਰਖਾਸਤ ਅਸੀਂ 21/4/18 ਨੂੰ SSP ਜਲੰਧਰ ਨੂੰ ਲਿਖਤੀ ਦਿੱਤੀ ਸੀ। ਉਹਨਾਂ ਨੇ ਮਾਰਕ ਕਰਕੇ DSP ਸ਼ਾਹਕੋਟ ਦਿਲਬਾਗ ਸਿੰਘ ਨੂੰ ਭੇਜ ਦਿੱਤੀ, ਪਰ ਅੱਜ ਤੱਕ ਨਾ ਹੀ ਕੋਈ ਕਾਰਵਾਈ ਹੋਈ ਹੈ ਅਤੇ ਨਾ ਹੀ ਸਾਨੂੰ ਕੋਈ ਇਨਸਾਫ ਮਿਲਿਆ ਹੈ। ਉਸ ਤੋਂ ਬਾਅਦ ਮੇਰੇ ਪਿਤਾ ਨੇ NRI ਥਾਣੇ ਵਿੱਚ ਦਰਖਾਸਤਾਂ ਦਿੱਤੀਆਂ, ਜੋ ਕਿ DGP ਚੰਡੀਗੜ੍ਹ ਨੇ ਮਾਰਕ ਕਰਕੇ ਜਲੰਧਰ ਦਿਲਬਾਗ ਇਕਬਾਲ ਸਿੰਘ ਕਾਲੋ ਨੂੰ ਮਾਰਕ ਕੀਤੀ, ਪਰ ਅੱਜ ਤੱਕ ਉਹਨਾਂ ਨੇ ਵੀ ਕੋਈ ਕਾਰਵਾਈ ਨਹੀਂ ਕੀਤੀ। ਉਲਟਾ ਪੁਲਿਸ ਵੱਲੋਂ ਸਾਨੂੰ ਹੀ ਡਰਾਇਆ ਅਤੇ ਧਮਕਾਇਆ ਜਾਂਦਾ ਹੈ ਕਿ ਚੁੱਪ ਕਰਕੇ ਬੈਠ ਜਾਓ, ਨਹੀਂ ਤਾਂ ਤੁਹਾਡੇ 'ਤੇ ਪਰਚਾ ਦਰਜ ਹੋ ਜਾਣਾ ਹੈ। ਝੂਠੇ ਇਲਜ਼ਾਮ ਮੇਰੇ 'ਤੇ ਬਹੁਤ ਜ਼ਿਆਦਾ ਲਗਾਏ ਗਏ ਹਨ। ਕੁੜੀ ਹੀ ਕਰੋ ਚੈੱਕਬੁੱਕ ਜਾਲੀ ਚੈੱਕਬੁੱਕ ਇਸ਼ੂ ਕਰਵਾਈ ਅਤੇ ਨਾਲ ਕੁੜੀ ਹੀ ਘਰੋਂ ਸੈਨ ਕਰਕੇ ਪੈਸੇ ਕਢਵਾਉਂਦੀ ਰਹੀ ਹੈ, ਪਰ ਬੰਦਾ ਤਾਂ ਬਾਹਰ ਜੈਂਟਸ ਦੇ ਅਕਾਊਂਟ ਵਿੱਚੋਂ ਲੇਡੀਜ਼ ਕਢਾ ਹੀ ਨਹੀਂ ਸਕਦੀ। ਪਰ ਇਹ ਬੈਂਕ ਦੀ ਤਾਂ ਮਿਲੀ ਭੁਗਤ ਸ਼ਰੇਆਮ ਦਿਸ ਰਹੀ ਹੈ, ਪਰ ਅੱਜ ਤੱਕ ਬੈਂਕ ਪੁਲਿਸ ਵਾਲਿਆਂ ਕੋਲ ਸਾਰੇ ਪਰੂਫ ਹੁੰਦਿਆਂ ਵੀ ਪੁਲਿਸ ਨੇ ਅੱਜ ਤੱਕ ਕੋਈ ਕਾਰਵਾਈ ਨਹੀਂ ਕੀਤੀ ਅਤੇ ਨਾ ਹੀ ਪਰਚਾ ਦਰਜ ਕੀਤਾ ਗਿਆ। ਉਲਟਾ ਸਾਨੂੰ ਹੀ ਦਵਾਇਆ ਧਮਕਾਇਆ ਜਾਂਦਾ ਹੈ। ਸਾਡੀ ਕੋਈ ਚੋਰੀ ਦੀ ਕਮਾਈ ਨਹੀਂ, ਸਾਡੀ ਹੱਕ ਦੀ ਕਮਾਈ ਹੈ। ਇਹਦੇ ਨਾਲ ਅਸੀਂ ਲੜਾਂਗੇ ਜਿੱਥੋਂ ਤੱਕ ਸਾਨੂੰ ਇਨਸਾਫ ਨਹੀਂ ਮਿਲਦਾ, ਪਰ ਅੱਜ ਤੱਕ ਸਾਡੀ ਕਿਸੇ ਨੇ ਨਹੀਂ ਸੁਣੀ। ਪੁਲਿਸ ਵਾਲਿਆਂ ਨੂੰ ਪੈਸੇ ਚੜ੍ਹਾਈ ਜਾਂਦੀ ਹੈ ਅਤੇ ਪੁਲਿਸ ਪੈਸੇ ਖਾਈ ਜਾਂਦੀ ਹੈ, ਪਰ ਅੱਜ ਤੱਕ ਸਾਨੂੰ ਕੋਈ ਨਿਆਂ ਦੇਣ ਲਈ ਤਿਆਰ ਨਹੀਂ। ਅਕਾਊਂਟ ਜਿਹੜਾ ਕਿਸ ਨਾਮ ਦਾ ਸੀਗਾ? ਅਕਾਊਂਟ ਬਲਵਿੰਦਰ ਸਿੰਘ ਦੇ ਨਾਮ ਦਾ। ਅਤੇ ਉਹ 'ਚ ਪੈਸੇ ਕਿੰਨੇ ਸੀ ਅਤੇ ਕਿੱਦਾਂ ਜਮ੍ਹਾਂ ਹੋਏ ਸੀ? 19,75,000 ਰੁਪਈਆ ਉਹਨਾਂ ਦੇ ਅਕਾਊਂਟ ਸੀ। ਉਹ ਬਾਹਰੋਂ ਜਦੋਂ ਕੋਈ ਵਿਅਕਤੀ ਉੱਧਰੋਂ ਆਉਂਦਾ ਸੀ ਤਾਂ ਉਹਨਾਂ ਦੇ ਹੱਥ ਪੈਸੇ ਭੇਜ ਦਿੰਦੇ ਸੀ, ਕੁਛ ਉਹਨਾਂ ਦੇ ਜ਼ਮੀਨ ਦੇ ਠੇਕੇ ਹਿੱਸਾ ਵੀ ਸੀ, ਉਹ ਵੀ ਅਸੀਂ ਜਮ੍ਹਾਂ ਕਰਵਾਉਂਦੇ ਰਹੇ ਹਾਂ, ਪਰ ਇਹ ਅਮਾਊਂਟ ਸਾਰੀ 35 ਸਾਲ ਤੋਂ ਲਗਭਗ ਉਹਨਾਂ ਦੇ ਅਕਾਊਂਟ ਵਿੱਚ ਜਮ੍ਹਾਂ ਹੋ ਰਹੀ ਹੈ। ਅਤੇ ਇਹ ਅਕਾਊਂਟ 'ਚੋਂ ਪੈਸੇ ਨਿਕਲੇ ਗਏ ਤੁਹਾਨੂੰ ਕਿੱਦਾਂ ਪਤਾ ਲੱਗਾ? ਜਦੋਂ ਅਸੀਂ ਬਾਹਰੋਂ ਫੋਨ ਆਇਆ ਕਿ ਮੇਰਾ ਅਕਾਊਂਟ ਬੰਦ ਨਾ ਹੋ ਜਾਵੇ, ਇਹਦੇ ਲਈ ਮੈਂ ਬੈਂਕ ਗਈ ਔਰ ਬੈਂਕ ਵਿੱਚ ਪੈਸੇ ਜਮ੍ਹਾਂ ਕਰਵਾਉਣ ਗਈ ਤਾਂ ਉਹਨਾਂ ਨੂੰ ਮੈਂ ਪੁੱਛਿਆ ਕਿ ਸਾਨੂੰ ਪਿਛਲੀ ਐਂਟਰੀ ਕਰਕੇ ਦਿਓ, ਪਰ ਬੈਂਕ ਵਾਲਿਆਂ ਨੇ ਐਂਟਰੀ ਕਰਨ ਤੋਂ ਮਨ੍ਹਾ ਕਰ ਦਿੱਤਾ ਕਿ ਸਾਡੀ ਮਸ਼ੀਨ ਨਹੀਂ ਚੱਲ ਰਹੀ। ਫਿਰ ਉਹਨਾਂ ਨੂੰ ਪੁੱਛਿਆ ਕਿ ਸਾਡੇ ਅਕਾਊਂਟ ਵਿੱਚ ਪੇਮੈਂਟ ਕਿੰਨੀ ਹੋ ਗਈ ਹੈ, ਤਾਂ ਉਹਨਾਂ ਨੇ ਕਿਹਾ ਸਿਰਫ 14,000 ਰੁਪਈਆ। ਮੈਂ ਕਿਹਾ ਬਾਕੀ ਸਾਡੀ ਪੇਮੈਂਟ ਕਿੱਥੇ ਗਈ ਹੈ? ਉਹਨਾਂ ਦੇ ਬਾਅਦ ਬੈਂਕ ਮੁਲਾਜ਼ਮਾਂ ਨੇ ਦੇਖਿਆ ਤਾਂ ਉਹਨਾਂ ਨੇ ਕਿਹਾ ਕਿ ਬਲਵਿੰਦਰ ਸਿੰਘ ਜਿਹੜਾ ਖੁਦ ਚੈੱਕਬੁੱਕ ਇਸ਼ੂ ਕਰਾ ਕੇ ਅਤੇ ਕਢਾ ਕੇ ਲੈ ਗਿਆ, ਜਦਕਿ ਬੰਦਾ ਤਾਂ 2012 ਤੋਂ ਮਰੀਲੇ ਬੈਠਾ ਹੈ, ਇੱਥੇ ਇੰਡੀਆ ਆਇਆ ਹੀ ਨਹੀਂ। ਅਤੇ ਤੁਸੀਂ ਇਸ ਤੋਂ ਬਾਅਦ ਦਰਖਾਸਤ ਦਿੱਤੀ, ਕਿਹੜਾ ਮੈਨੇਜਰ ਸੀ ਜਦੋਂ ਇਹ ਜਮ੍ਹਾਂ ਕਰਾਈ ਸੀ? ਤੁਸੀਂ ਕਿਸ ਨੂੰ ਮਿਲੇ? ਰਾਜੀਨਾਮਾ ਕਰ ਲੋ, ਨਹੀਂ ਤਾਂ ਤੁਹਾਡੀ ਜ਼ਿਆਦਾ ਬਦਨਾਮੀ ਹੋਊਗੀ, ਇਸ ਗੱਲ ਨੂੰ ਫੈਲਾਓ ਨਾ। ਤੁਹਾਨੂੰ ਕੀ ਲੱਗਦਾ ਕਿੰਨੇ ਪੈਸੇ ਲਏ ਤੁਹਾਡੇ?
ਬੈਂਕ ਵਾਲਿਆਂ ਦੀ ਮਿਲੀ ਭੁਗਤ ਦੇ ਨਾਲ ਗੁਰਦੇਵ ਸਿੰਘ ਜੋ ਕਿ ਇਹਨਾਂ ਨੇ ਫੁਟੇਜ ਦਿੱਤੀਆਂ ਆ ਸ਼ਾਹਕੋਟ ਥਾਣੇ ਦੇ ਵਿੱਚ, ਉਹ ਬੰਦੇ ਨੂੰ ਸਾਡੇ ਸਾਹਮਣੇ ਫੜ ਕੇ ਵੀ ਲਿਆਂਦਾ ਗਿਆ, ਪਰ ਅੱਜ ਤੱਕ ਨਾ ਹੀ ਬੈਂਕ ਵਾਲਿਆਂ 'ਤੇ ਕੋਈ ਕਾਰਵਾਈ ਹੋਈ ਅਤੇ ਨਾ ਹੀ ਉਸ ਬੰਦੇ 'ਤੇ ਹੋਈ ਆ। ਉਹ ਹੈ ਕੌਣ ਬੰਦਾ? ਤੁਹਾਡੇ ਨੌਲੇ ਕੌਣ ਹੈ? ਨਹੀਂ, ਸਾਡਾ ਕੋਈ ਨੌਨ ਨਹੀਂ, ਇਸ ਟਾਈਮ ਉਹ ਨੰਗਲੰਬੀਆਂ ਵਿਖੇ ਰਹਿ ਰਿਹਾ। ਉਹ ਕਿੱਦਾਂ ਪੈਸੇ ਕਢਾ ਕੇ ਲੈ ਗਿਆ? ਕੈਸ਼ੀਅਰ ਵੀ ਉੱਥੋਂ ਦਾ ਹੀ ਆ ਨੰਗਲੰਬੀਆਂ। ਤੁਸੀਂ ਕਹਿੰਦੇ ਪੈਸੇ ਕੈਸ਼ ਵਿਦਡਰਾ ਹੋਏ ਆ, ਅਤੇ ਉਹ ਕਿਸ ਤਰ੍ਹਾਂ ਲੱਗਿਆ ਪੈਸੇ? ਇਹ ਬੈਂਕ ਵਾਲਿਆਂ ਦੀ ਮਿਲੀ ਭੁਗਤ ਦੇ ਨਾਲ ਹੀ। ਨਹੀਂ, ਉਹਨੂੰ ਥਾਣੇ ਕੁਛ ਆ ਕੇ ਦੱਸਿਆ ਨਹੀਂ ਕਿ ਕਿੱਦਾਂ ਪੈਸੇ ਕਢਾਏ? ਉਹ ਕਹਿੰਦਾ ਬੈਂਕ ਵਾਲਿਆਂ ਦੀ ਮਿਲੀ ਭੁਗਤ ਆ ਮੇਰੇ ਨਾਲ। ਕੌਣ ਕਹਿੰਦਾ? ਜਿਹਨੇ ਪੈਸੇ ਜਿਹਨੇ ਚੈੱਕ। ਹਾਂਜੀ, ਗੁਰਦੇਵ ਸਿੰਘ ਨੇ ਬਲਵਿੰਦਰ ਸਿੰਘ ਬਣ ਕੇ ਹੀ ਚੈੱਕਬੁੱਕ ਇਸ਼ੂ ਕਰਾਈ ਹੈ, ਬੈਂਕ ਵਾਲਿਆਂ ਦੀ ਮਿਲੀ ਭੁਗਤ ਦੇ ਨਾਲ ਹੀ ਸਾਰਾ ਪੈਸਾ ਹਜ਼ਮ ਕੀਤਾ ਗਿਆ ਹੈ, ਪਰ ਅੱਜ ਤੱਕ ਸਾਨੂੰ ਕੋਈ ਇਨਸਾਫ ਨਹੀਂ ਦਿੱਤਾ ਗਿਆ। ਅਤੇ ਹੁਣ ਤੁਹਾਡੀ ਕੀ ਮੰਗ ਹੈ? ਸਾਡੀ ਤਾਂ ਇਹੀ ਮੰਗ ਹੈ ਕਿ ਇਹਨਾਂ ਦੇ ਵਿਰੁੱਧ ਪਰਚਾ ਦਰਜ ਕੀਤਾ ਜਾਵੇ, ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ, ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਦੇ ਨਾਲ ਸਾਡੇ ਵਰਗੀ ਘਟਨਾ ਨਾ ਵਾਪਰ ਸਕੇ। ਇਹ ਜਿਹੜੀ ਬੈਂਕ ਆ ਕਿੱਥੇ ਕਰਕੇ ਪੈਂਦੀ? ਪੰਜਾਬ ਨੈਸ਼ਨਲ ਬੈਂਕ ਬ੍ਰਾਂਚ ਮਲਸੀਆਂ, ਲੋਹੀਆਂ ਰੋਡ। देश विदेश और अपनी शहर की लोकल खबर के लिए हमारे चैनल को सब्सक्राइब जरूर करें और घंटी के बटन को जरूर दबाएं। आपका मनपसंद न्यूज़ चैनल के पीडी न्यूज़, हक सच और इंसाफ की आवाज़ आपको रखे सबसे आगे।